ਦਮਦੀ ਗੱਲ ਹੋਈ ਇਸ ਜਗ੍ਹਾ ਦੇ ਉੱਪਰ ਸ਼੍ਰੋਮਣੀ ਕਮੇਟੀ ਚ ਫੈਲੇ ਹੋਏ ਭ੍ਰਿਸ਼ਟਾਚਾਰ ਦੀ ਗੱਲ ਹੋਈ ਪਤਪਣੇ ਤੇ ਨਸ਼ੇ ਦੀ ਗੱਲ ਹੋਈ ਪੰਜਾਬ ਦੀ ਧਰਤੀ ਨੂੰ ਪਲੀਤ ਕਰਨ ਦੀ ਗੱਲ ਹੋਈ ਪਰ ਸੋਚੋ ਇਹਨਾਂ ਸਾਰਿਆਂ ਦੀ ਜੜ ਕਿੱਥੇ ਹੈ ਇਹਨਾਂ ਦੀ ਮਾਂ ਕਿੱਥੇ ਹੈ ਇਹਨਾਂ ਦੀ ਮਾਂ ਪੰਜਾਬ ਦੇ ਵਿੱਚ ਜਿੱਥੇ ਸਾਨੂੰ ਆਰਪ ਕਾਂਗਰਸ ਭਾਜਪਾ ਦੀ ਦੁਸ਼ਮਣੀ ਯਾਦ ਹੈ ਉਹ ਸਾਡੇ ਤੇ ਵਾਰ 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 ਕਰਦੇ ਨੇ ਉੱਥੇ ਸਿੱਖ ਪੰਥ ਵਰਗਾ ਰੂਪ ਧਾਰ ਕੇ ਬਹੁਤ ਛਾਤਰ ਦਿਮਾਗ ਵਾਲਾ ਵਿਅਕਤੀ ਪਹਿਲਾਂ ਸਵੇਰੇ ਉੱਠ ਕੇ ਸੀਸੇ ਦੇ ਸਾਹਮਣੇ ਖੜਾ ਹੋ ਕੇ ਤਿਆਰ ਪ੍ਰਤਿਆਰ ਵਧੀਆ ਪੱਗ ਵਧੀਆ ਪੈਂਟ ਕੋਟ ਪਾ ਕੇ ਲਿਖਦਾ ਹਾਂ ਪ੍ਰਕਾਸ਼ ਸਿੰਘ ਬਾਦਲ ਤੂੰ ਬਹੁਤ ਸੋਹਣਾ ਬੜਾ ਸਿਆਣਾ ਬੜਾ ਸੁਚੱਜਾ ਹੈ ਤੇ ਜਦੋਂ ਗੇਟ ਤੋਂ ਬਾਹਰ ਨੂੰ ਆਉਣਾ ਹੁੰਦਾ ਪੱਗ ਟੇਢੀ ਕਰ ਲੈਂਦਾ ਹੈ ਪਜਾਮੇ ਦਾ ਨਾਲ ਥੋੜਾ ਜਿਹਾ ਲਮਕਾ ਲੈਂਦਾ ਇੱਕ ਪਾਸੋਂ ਪਜਾਮਾ ਉੱਚਾ ਕਰ ਲੈਂਦਾ ਇੱਕ ਪਾਸੋਂ ਨੀਵਾਂ ਕਰ ਲੈਂਦਾ ਤੇ ਸਾਡੇ ਲੋਕ ਕਹਿੰਦੇ ਜਿਹੜਾ ਸਿੱਧਾ ਸਾਦਾ ਹੁੰਦਾ ਇਸ ਪਖੰਡੀ ਵਿਅਕਤੀ ਨੇ ਸਿੱਖੀ ਦੀਆਂ ਜੜਾਂ ਚ ਤੇਲ ਦੇ ਕੇ ਰੱਖ ਦਿੱਤਾ ਹੈ ਅੰਦਰੋਂ ਹੋਰ ਬਾਹਰੋਂ ਹੋਰ ਇਹਨੇ ਪੰਜਾਬ ਦੀ ਲੁੱਟ ਲੁੱਟੀ ਇਹਨੇ ਪੰਜਾਬ ਦੀ ਸਾਰੀ ਮਾਇਆ ਉਹ ਬੰਦਾ ਪੁੱਛਿਆ ਤੂੰ ਰੋਟੀਆਂ ਹੀ ਖਾਣੀਆਂ ਨੇ ਕੀ ਸੋਨੇ ਦੀਆਂ ਰੋਟੀਆਂ ਬਣਾ ਕੇ ਖਾਣੀਆਂ ਉਹ ਤੇਰਾ ਢੇਡੀ ਨਹੀਂ ਭਰਦਾ ਬਠਿੰਡੇ ਦੇ ਟਿੱਬਿਆਂ ਚ ਰਹਿਣ ਵਾਲਾ ਵਿਅਕਤੀ ਲੋਕਾਂ ਨੇ ਜਹਾਜ਼ਾਂ ਤੇ ਚੜਾ ਦਿੱਤਾ ਪਰਿਵਾਰ ਦਾ ਕੋਈ ਮੈਂਬਰ ਐਸਾ ਨਹੀਂ ਜਿਹਨੂੰ ਲੋਕਾਂ ਨੇ ਫੀਤੀਆਂ ਨਹੀਂ ਲਾ ਦਿੱਤੀਆਂ ਲਾਲ ਬੱਤੀਆਂ ਨਹੀਂ ਲਾ ਦਿੱਤੀਆਂ ਜੇ ਕਹਿ ਲਿਆ ਜਾਵੇ ਹਰ ਸਮੇਂ ਉਹਦੇ ਪਰਿਵਾਰ ਦਾ ਇੱਕ ਵਿਅਕਤੀ ਆਕਾਸ਼ ਚ ਉੱਡਦਾ ਰਹਿੰਦਾ ਫਿਰ ਵੀ ਉਸਦੀ ਭੁੱਖ ਨਹੀਂ ਨਿਕਲੀ ਔਰ ਲੋਕਾਂ ਨੂੰ ਲੁੱਟ ਰਿਹਾ ਹੈ ਸਰਮਾਏ ਨੂੰ ਲੁੱਟ ਰਿਹਾ ਹੈ ਔਰ ਨਾਲ ਨਾਲ ਲੁੱਟ ਨੂੰ ਖਾਦਾ ਖੂਦ ਸਟਿਆ ਸਿੱਖੀ ਦੀ ਜਾਨ ਵੀ ਲੁੱਟ ਰਿਹਾ ਉਹ ਸਿੱਖੀ ਨੂੰ ਖਤਮ ਕਰਨ ਵਾਲੇ ਪਾਸੇ ਵੀ ਤੁਰਿਆ ਹੋਇਆ ਹੈ ਔਰ ਸਿੱਖੀ ਨੂੰ ਆਰਸ ਉਸਦੀ ਭੇਟ ਕਰ ਦੇਣਾ ਚਾਹੁੰਦਾ ਹੈ ਉਹ ਕੇਵਲ ਚਾਹੁੰਦਾ ਵੇਖਣ ਨੂੰ ਸਿੱਖ ਦੀ ਪੱਗ ਦਿਸੇ ਮੇਰੀ ਵੋਟ ਦੀ ਖਜੂਰੀ ਭਰੀ ਰਵੇ ਸਿੱਖੀ ਖਤਮ ਹੁੰਦੀ ਹੋ ਜਾਏ ਇਹ ਨਸ਼ਾ ਕਿੱਥੋਂ ਹੁੰਦਾ ਸਾਡੇ ਪੰਜਾਬ ਚ ਤਾਂ ਇਹ ਫਿਲਮ ਨਹੀਂ ਹੁੰਦੀ ਹੀਰੋਇਨ ਨਹੀਂ ਆਉਂਦਾ ਆਹ ਇਸ ਮੈਪ ਵੀ ਕਿੱਥੋਂ ਆਉਂਦੀ ਹੈ ਇੰਨੀਆਂ ਫੋਰਸਾਂ ਕਿੱਥੇ ਬੈਠੀਆਂ ਕੀ ਕਰਦੀਆਂ ਨੇ ਨਸ਼ਾ ਇਹ ਲੋਕ ਵਰਤਾਉਂਦੇ ਨੇ ਇਹਨਾਂ ਦੀਆਂ ਪਾਰਟੀਆਂ ਵਰਤਾਉਂਦੀਆਂ ਨੇ ਇਹਨਾਂ ਦੇ ਉਹਦੇ ਦਾਰ ਵਰਤਾਉਂਦੇ ਨੇ ਇਹਨਾਂ ਦੀਆਂ ਫੋਰਸਾਂ ਵਰਤਾਉਂਦੀਆਂ ਨੇ ਆਪਣੇ ਨਾਲ ਮੋਨੇ ਵਿਅਕਤੀ ਰੱਖ ਕੇ ਕਾਲੇ ਪਟਕੇ ਬਣਾ ਕੇ ਇਹ ਸੁਨੇਹ ਦਿੰਦੇ ਨੇ ਕਿ ਸਾਡੇ ਪਹਿਰੇਦਾਰ ਆ ਮੋਨੇ ਲੋਕ ਸਿੱਖੋ ਜੇ ਸਾਡੇ ਲਾਗੇ ਲੱਗਣਾ ਤੇ ਇਹੋ ਜਿਹਾ ਬਣਨਾ ਪਵੇਗਾ ਤੁਹਾਡੀ ਪੱਗ ਨੂੰ ਖਤਰਾ ਇਸ ਤੋਂ ਤੁਹਾਡੀ ਇੱਜ਼ਤ ਨੂੰ ਖਤਰਾ ਇਸ ਤੋਂ ਹੋਰ ਤਾਂ ਹੋਰ ਸਭ ਕੁਝ ਬਰਦਾਸ਼ਤ ਹੋ ਸਕਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਾਨ ਮਰਜ਼ਾਦਾ ਸਿਸਟਮ ਇਸ ਤੋਂ ਖਤਰਾ ਪੈਦਾ ਹੋ ਗਿਆ ਇਸ ਵਿਅਕਤੀ ਦੇ ਰਾਜ ਵਿੱਚ ਖੂਨ ਕਿਉਂ ਵਗਦਾ ਕਿਸੇ ਨੇ ਨਕਸਲਵਾੜ ਦਾ ਖੂਨ ਵਹਾਇਆ ਸੀ ਕਿਸੇ 78 ਦੇ ਸਾਕੇ ਦਾ ਪੈਂਦੀ ਸਰਕਾਰ ਵਿੱਚ ਇਹਦੀ ਪਿਛਲੀ ਸਰਕਾਰ ਵਿੱਚ ਪਨਿਹਾਰੇ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਸੀ ਇਸ ਰਾਜ ਵਿੱਚ ਆਉਂਦਿਆਂ ਸਾਰੇ ਨੇ ਸਾਥ ਲਾਇਆ ਔਰ ਇਹ ਪਖੰਡੀ ਸਰਸੇ ਵਾਲੇ ਨੂੰ ਪਤਾ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਿਆ ਇਹਨੇ ਵਿਅਕਤੀ ਨੇ ਬਾਦਲ ਨੇ ਪੰਜਾਬ ਚ ਇੱਕ ਘੰਟਾ ਕੀ 5 ਮਿੰਟ ਉਸ ਬੰਦੇ ਨੂੰ ਠਾਰੇ ਚ ਨਹੀਂ ਰੱਖਿਆ 5 ਮਿੰਟ ਕਦੇ ਨੀ ਸਾਰੇ ਉਹਨਾਂ ਵੋਟਾਂ ਪਾਈਆਂ ਨੂੰ ਕਦੇ ਇਹਨੂੰ ਮੋਟ ਦਿੱਤੀ ਕਦੇ ਇਹਨੂੰ ਨੋਟ ਦਿੱਤਾ ਕਦੇ ਇਹਨੂੰ ਸਪੋਰਟ ਦਿੱਤੀ ਹਜ਼ਾਰਾਂ ਸਿੱਖ ਅੱਜ ਭਾਈ ਦਲਜੀਤ ਸਿੰਘ ਵਰਗੇ ਜੇਲ੍ਹਾਂ ਚ ਹੈ ਬਾਬਾ ਹਰਦੀਪ ਸਿੰਘ ਵਰਗੇ ਜੇਲ੍ਹਾਂ ਚ ਹੈ ਭਾਈ ਅਮਰੀਕ ਸਿੰਘ ਵਰਗੇ ਜਿੰਨਾ ਜੇ ਹੈ ਕਿ ਸਰਸੇ ਵਾਲਾ ਸਾਹਿਬ ਪੰਜਾਬ ਚ ਆ ਕੇ ਅਮਰ ਕਾਨੂੰਨ ਦੀਆਂ ਧੱਜੀਆਂ ਉਡਾ ਗਿਆ 5 ਮਿੰਟ ਕੌਮ ਦੇ ਸਾਹਮਣੇ ਖੜਾ ਹੋ ਕੇ ਕਹਿ ਕੇ ਮੈਂ 5 ਮਿੰਟ ਵੀ ਉਸਨੂੰ ਥਾਣੇ ਚ ਬਹਾਇਆ ਉਹ ਭਰਾਓ ਇਸ ਧਰਮ ਨੂੰ ਅੱਗ ਲੱਗ ਗਈ ਇਸ ਘਰ ਦੇ ਮਾਲਕ ਨੇ ਲਾ ਦਿੱਤੀ
ਜਿਹਨੂੰ ਤੁਸੀਂ ਮਾਇਕ ਬਣਾ ਦਿੱਤਾ, ਕਹਿ ਦਿੱਤਾ ਗੁਰਦੁਆਰੇ ਵੀ ਤੇਰੇ, ਤਖਤ ਵੀ ਤੇਰੇ, ਪੰਥ ਵੀ ਤੇਰਾ, ਪੰਜਾਬ ਵੀ ਤੇਰਾ, ਸਭ ਕੁਝ ਤੇਰਾ। ਉਹਨੇ ਕਿਹਾ ਤੁਸੀਂ ਸਭ ਕੁਝ ਦਿੱਤਾ ਮੈਨੂੰ, ਮੈਂ ਸਭ ਕੁਝ ਤੈਸ਼ ਮਹਿਸ਼ ਕਰਕੇ ਰੱਖ ਦਿਆਂਗਾ। ਕਹਿੰਦੇ ਰਾਜ ਚ ਜੇ ਤਾਰੀ ਗੁਰੂ ਦਮ ਪੈਦਾ ਹੁੰਦੇ ਹੈ, ਇਹਨਾਂ ਨੂੰ ਪੁਸ਼ਤ ਬਣਾਇਆ ਕਰਦਾ। ਕਿਹੜਾ ਐਸਾ ਵਿਅਕਤੀ, ਐਸਾ ਡੇਰਾ, ਐਸਾ ਦੇਹ ਤਾਰੀ ਗੁਰੂ ਦਮ ਹੈ, ਪਖੰਡੀ ਹੈ, ਜਿਹਦੇ ਚਰਨਾ ਚ ਬੰਦਾ ਜਾ ਕੇ ਨੀ ਬੈਠਾ। ਇਹਨਾਂ ਪਰਿਵਾਰ ਦੇ ਬੰਦੇ ਨੀ ਬੈਠਦੇ, ਪਰ ਲਾਂਚ ਤੇਰੇ ਤੋਂ ਬੈਠ ਜਾਂਦਾ। ਉਹ ਸਾਡੀ ਧੀਆਂ ਵਰਗੀ ਹਨ, ਹਰਸਿਮਰਤ ਕੌਰ ਉਹਨੂੰ ਵੀ ਇਹਨਾਂ ਡੇਰਿਆਂ ਵੱਲ ਭੇਜ ਦਿੱਤਾ। ਸਾਡੀ ਪੰਜਾਬ ਦੀ ਅਣਖ ਨੂੰ ਮੰਗਾਰਿਆ ਜਾ ਰਿਹਾ, ਸਾਨੂੰ ਇਹਦੇ ਨਾਲ ਦੋ ਹੱਥ ਕਰਨੇ ਪੈਣਗੇ। ਉਹਦਾ ਰਸਤਾ ਬੜਾ ਸਾਫ ਸਿੱਧਾ ਜਾਂਦਾ ਹੈ ਸਮੁੰਦਰੀ ਹਾਲ ਵਾਲੇ ਪਾਸੇ ਨੂੰ। ਵੀਰੋ ਯਾਦ ਰੱਖ ਲਿਓ, ਜੇ ਇਹ ਸਵਾਰੀ ਸ਼੍ਰੋਮਣੀ ਕਮੇਟੀ ਦੇ ਸਵਾਰਾ ਵੀ ਕਾਬਿਲ ਕਰਾ ਦਿੱਤਾ, ਇਹ ਸਿੱਖੀ ਦੀਆਂ ਜੜਾਂ ਚ ਤੇਲ ਦੇ ਕੇ ਰੱਖ ਦੇਗਾ, ਇਹ ਸਿੱਖੀ ਨੂੰ ਖਤਮ ਕਰਨ ਵਾਲੇ ਪਾਸੇ ਲੈ ਜਾਏਗਾ। ਇਹ ਵੱਖਰੀ ਗੱਲ ਹੈ ਕਿ ਸਾਹਿਬਜ਼ਾਦਿਆਂ ਦਾ ਖੂਨ ਇਹਦੇ ਤੋਂ ਸੁਕਾਇਆ ਨਹੀਂ ਜਾਣਾ। ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਵੀਰ ਯੋਧਿਆਂ ਦੀ ਗੱਲ ਇਹ ਮਕਾ ਨਹੀਂ ਸਕਦਾ। ਮਾਤਾ ਗੁਜਰ ਕੌਰ ਦਾ ਮੇਰ ਭਰਿਆ ਹੱਥ ਖਾਲਸੇ ਦੇ ਸਿਰ ਤੇ ਹੈ, ਕੰਗੀ ਧਰ ਪਾਤਸ਼ਾਹੀਆਂ ਸੀਸਾਂ ਸਾਡੇ ਨਾਲ ਨੇ, ਗੁਰੂ ਤੇਗ ਬਹਾਦਰ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਨੇ, ਸਾਡੇ ਕੋਲ ਬਾਬਾ ਜਰਨੈਲ ਸਿੰਘ ਦੇ ਸੂਰਵੀਰਾਂ ਦਾ ਆ ਲੇਖਾ, ਸੂਰਵੀਰਾਂ ਦਾ ਖੂਨ ਹੈ, ਇਹ ਖਤਮ ਨਹੀਂ ਕਰ ਪਾਏਗਾ। ਔਰ ਇਸ ਵਿਅਕਤੀ ਦਾ ਅੰਮ੍ਰਿਤਸਰ ਕੁਝ ਹੋਰ ਕਹਿੰਦਾ ਹੈ, ਚੰਡੀਗੜ੍ਹ ਕੁਝ ਹੋਰ ਕਹਿੰਦਾ ਹੈ, ਅੰਬਾਲੇ ਤੋਂ ਗਾਹ ਨੂੰ ਦਿੱਲੀ ਨੂੰ ਜਾਣ ਲੱਗਿਆ ਕੁਝ ਹੋਰ ਕਹਿਣ ਲੱਗ ਜਾਂਦਾ ਹੈ ਕਿ ਦਿੱਲੀ ਵਾਲਿਓ, ਮੈਂ ਐਸਾ ਵਿਅਕਤੀ ਹਾਂ ਜਿਹੜਾ ਪੰਜਾਬ ਦੇ ਅੰਦਰ ਸਿੱਖੀ ਦੀ ਗੱਲ ਨਹੀਂ ਉੱਠਣ ਦਿੰਦਾ, ਗੁਰੂ ਗ੍ਰੰਥ ਸਾਹਿਬ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਨੂੰ ਬੰਦ ਕਰਕੇ ਬੈਠਾ ਹੋਇਆ, ਜੇ ਤਾਰੀ ਗੁਰੂ ਦਮ ਨੂੰ ਫੈਲਾਉਣ ਚ ਤੁਹਾਡਾ ਸਹਿਯੋਗ ਕਰ ਰਿਹਾ, ਮੈਂ ਨਸ਼ੇ ਵਰਤਾ ਰਿਹਾ, ਮੈਂ ਪਤਨ ਪਣਾ ਕਰਵਾ ਰਿਹਾ, ਜੇ ਕੋਈ ਵਿਰੋਧ ਕਰਦਾ ਮੈਂ ਗੋਲੀਆਂ ਮਾਰਦਾ, ਮੈਂ ਡਾਂਗਾ ਮਾਰਦਾ, ਨਾ ਸਰੇ ਮੈਂ ਜੇਲ੍ਹਾਂ ਚ ਉਹਨਾਂ ਨੂੰ ਡੱਕਦਾ। ਅਜੇ ਤਾਂ ਕੱਲ ਦੀ ਗੱਲ ਹੈ, ਸਿੱਖ ਪੰਥ ਦਾ ਵੱਡਾ ਪ੍ਰਚਾਰਕ ਬਾਬਾ ਰਣਜੀਤ ਸਿੰਘ ਝੱਟੀਆਂ ਵਾਲਾ ਨਾ, ਆਹ ਬਾਬਾ ਬਲਜੀਤ ਸਿੰਘ ਜੀ ਬੈਠੇ ਆ ਨਾ, ਇਹਨਾਂ ਨੂੰ ਗੋਲੀਆਂ ਮਾਰੀਆਂ, ਉਹ ਤੁਹਾਡੇ ਸੰਤਾਂ ਤੇ ਵੀ ਗੋਲੀਆਂ ਮਾਰੀਆਂ, ਬਾਬਾ ਹਰਨਾਮ ਸਿੰਘ ਸੰਤ ਸਮਾਜ ਦੇ ਮੁਖੀ ਉਹਨੂੰ ਗੋਲੀਆਂ ਮਾਰੀਆਂ, ਬਾਬਾ ਸ਼੍ਰੀ ਦਰਸ਼ਨ ਸਿੰਘ ਨੂੰ ਸ਼ਹੀਦ ਕਰ ਦਿੱਤਾ। ਇਸ ਵਿਅਕਤੀ ਨਾਲ ਦੋ ਹੱਥ ਕਰਨੇ ਪੈਣਗੇ। ਭਰਾਓ ਮੈਂ ਇੱਕ ਗੱਲ ਤੁਹਾਡੇ ਸਾਹਮਣੇ ਬੜੀ ਹੁਰਾਕ ਦੇਰੀ ਨਾਲ ਕਹਿਣਾ, ਜੇ ਵਿਅਕਤੀ ਸਿੱਖੀ ਦਾ ਨੁਕਸਾਨ ਕਰਨ ਵਾਸਤੇ ਆਰ ਐਸ ਐਸ ਨਾਲ ਯਾਰੀ ਪਾ ਸਕਦਾ ਹੈ, ਇਹ ਭਾਜਪਾ ਨਾਲ ਯਾਰੀ ਪਾ ਸਕਦਾ, ਜਿਹੜੀ ਹਿੰਦੂ ਹਿੰਦੁਸਤਾਨ ਦੀ ਗੱਲ ਕਰਦੀ ਹੈ, ਔਰ ਜਿਹੜੀ ਕਹਿੰਦੀ ਹੈ ਕੇਸਾ ਧਾਰੀ ਸਿੱਖ ਨੇ, ਜੇ ਇਹ ਹਿੰਦੂ ਨੇ, ਇਹ ਕੇਸਾ ਧਾਰੀ ਹਿੰਦੂ ਨੇ ਜਿਹੜੇ ਕਹਿਣ ਵਾਲਿਆਂ ਨਾਲ ਯਾਰੀ ਪਾ ਸਕਦਾ, ਤੇ ਅਸੀਂ ਵੀ ਆ ਜਿਹੜੇ ਬੰਨੇ ਤੋੜ ਦਿਆਂਗੇ, ਅਸੀਂ ਹਰ ਘਰ ਤੱਕ ਪਹੁੰਚ ਕਰਾਂਗੇ, ਹਰ ਜਥੇਬੰਦੀ ਤੱਕ ਪਹੁੰਚ ਕਰਾਂਗੇ, ਅਸੀਂ ਇਹਨਾਂ ਵਖਰੇਵਿਆਂ ਨੂੰ ਦੂਰ ਕਰਕੇ ਸਭ ਨੂੰ ਨਾਲ ਲੈ ਕੇ ਪੁੱਲਾ ਪੈਰਾ ਕਰਕੇ ਹਰੇਕ ਵੀਰ ਨੂੰ ਸੱਦਾ ਦੇ ਕੇ, ਹਰੇਕ ਦੇ ਦਰਵਾਜ਼ੇ ਅੱਗੇ ਦਸਤਕ ਦੇ ਕੇ, ਅਸੀਂ ਉਹਨਾਂ ਨੂੰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਸ਼ਮੂਲੀਅਤ ਕਰਾਉਣ ਦਾ ਪੂਰਾ ਪੂਰਾ ਯਤਨ ਕਰਾਂਗੇ। ਤੁਹਾਡਾ ਲੰਬਾ ਸੱਚਾ ਹੈ ਕਿ ਅਸੀਂ ਉਸ ਨੂੰ ਤਾਂ ਕੱਢ ਸਕਦੇ ਹਾਂ, ਤੁਸੀਂ ਇਕੱਠੇ ਹੋ ਜਾਓ ਕਹਿੰਦੇ ਹੋ ਨਾ, ਅਸੀਂ ਪੂਰਾ ਯਤਨ ਕਰਾਂਗੇ, ਕੋਈ ਕਸਰ ਬਕਾਇਆ ਨਹੀਂ ਛੱਡਾਂਗੇ, ਤੇ ਭਰਾਓ ਵੋਟਾਂ ਬਣਾਓ ਔਰ ਫੈਸਲਾ ਕਰੋ ਚਾਰ ਸਵੇਰੇ ਕਿ ਅਸੀਂ ਇਸ ਬਾਦਲੀ ਕਰਨ ਨੂੰ ਖਤਮ ਕਰਨਾ ਹੈ। ਅਕਾਲ ਤਖਤ ਸਾਹਿਬ ਦੀ ਇਹਨੇ ਮਾਨ ਮਰਜ਼ਾਦਾ ਖਤਮ ਕਰ ਦਿੱਤੀ ਹੈ, ਤਖਤਾਂ ਦੇ ਜਥੇਦਾਰ ਜੇਬੇ ਚੋਂ ਕੱਢਦਾ ਉਹਨੂੰ ਦੂਜੇ ਜੇਬੇ ਚ ਪਾ ਕੇ ਦੂਸਰਾ ਕੱਢ ਕੇ ਉਠਾਉਂਦਾ।